ਪਲਸਤਰ ਕਰ ਰਹੇ ਹੋ ਬਾਹਰਲੀ ਦੀਵਾਰ ਹਾਂ ਜੀ ਅੱਛਾ ਕਿੰਨੇ ਕੁ ਦਿਨ ਹੋਰ ਲੱਗ ਜਾਣਗੇ ਇਹਨੂੰ ਹਫਤਾ ਕੁ ਲੱਗ ਹੀ ਜਾਣਾ ਅੱਛਾ ਇੱਕ ਹਫਤਾ ਹੋਰ ਬਰਾਂਡਾ ਤਿਆਰ ਕਰ ਦੇਣਾ ਟੂਟਿਆਂ ਵਾਲਾ ਹਾਂ ਜੀ ਹਾਂ ਜੀ ਹਫਤਾ ਇੱਕ ਲੱਗ ਜਾਣਾ ਬਸ ਇਹੀ ਕੰਮ ਹੈ ਇਹ ਵਜ਼ੂਖਾਨੇ ਦੀ ਛੱਤ ਤੇ ਕੱਲ ਸਮਾਨ ਆ ਗਿਆ ਨਾ ਹਾਂ ਜੀ ਸਮਾਨ ਆ ਗਿਆ ਬਸ ਪੰਜ ਵਾਰ ਅੱਗੇ ਰਹਿੰਦੇ ਪੰਜ ਪਿੱਛੇ ਰਹਿੰਦੇ ਨੇ ਅੱਛਾ ਇਹ ਦੇਣ ਵਾਲੇ ਨੇ ਬਸ ਇਨਸ਼ਾਅੱਲਾ ਇਨਸ਼ਾਅੱਲਾ ਅੱਲਾ ਮਿਹਰਬਾਨੀ ਕਰੇ ਆ ਜੀ ਬਸ ਅੱਲਾ ਪਾ ਕੇ ਇਹਨੂੰ ਪਾਏ ਤਕਮੀਲ ਨੂੰ ਪਹੁੰਚਾਵੇ ਜਲਦੀ ਅਸੀਂ ਫਿਰ ਇਹਦਾ ਫਲ ਖਾਈਏ ਬਹਿ ਕੇ ਇਹ ਤੇ ਬੱਚੇ ਪੜਨ ਲੋਕ ਨਮਾਜ਼ ਪੜਨ ਤੇ ਅੱਲਾ ਪਾਕ ਨਬੀ ਪਾਕ ਦੇ ਸਦਕੇ ਇਹਨੂੰ ਕਬੂਲ ਕਰਨ ਅੱਲਾ ਸੋਹਣਾ ਆਪਣੀ ਰਹਿਮਤ ਕਰੇ ਜੀ ਤੁਹਾਡੇ ਤੇ ਵੀ ਬਣਾਉਣ ਵਾਲਿਆਂ ਤੇ ਵੀ ਤੇ ਬਣਵਾਉਣ ਵਾਲਿਆਂ ਤੇ ਵੀ ਹਾਂਜੀ ਅੱਲਾ ਪਾਕ ਬੇਹੱਦ ਨਵਾਜ਼ੇ ਹਾਂਜੀ ਤੋ ਯੇ ਹੈ ਹਮਾਰੀ ਮਸਜਿਦ ਕਾ ਪਲਸਤਰ ਅਲਹਮਦੁਲਿਲਾ ਬਾਹਰ ਵਾਲੀ ਦੀਵਾਰ ਪਲਸਤਰ ਹੋ ਚੁੱਕੀ ਹੈ ਔਰ ਅੱਲਾਹ ਕੇ ਫਜ਼ਲੋ ਕਰਮ ਸੇ ਅਜ਼ਾਨ ਵੀ ਹੋ ਰਹੀ ਹੈ ਨਮਾਜ਼ ਵੀ ਪੜ੍ਹੀ ਜਾ ਰਹੀ ਹੈ ਔਰ ਤਕਰੀਬਨ ਕਾਮ ਪਾਇ ਤਕਮੀਲ ਕੋ ਪਹੁੰਚਣੇ ਵਾਲਾ ਹੈ ਇਨਸ਼ਾ ਅੱਲਾਹ ਤਾਲਾ ਵਲ ਅਜ਼ੀਜ਼ ਬਹੁਤ ਸ਼ੁਕਰੀਆ ਔਰ ਇਨਸ਼ਾਅੱਲਾ ਆਪ ਦੇਖੇਂਗੇ ਕਿ ਹਮ ਲੋਕ ਬਹੁਤ ਜਲਦੀ ਸੇ ਕੰਪਲੀਟ ਕਰ ਲੇਂਗੇ ਔਰ ਮਜ਼ੇ ਕੀ ਬਾਤ ਯੇ ਹੈ ਕਿ ਜਬ ਯੇ ਸ਼ੁਰੂ ਹੋਈ ਹੈ ਤੋ ਸਾਥ ਹੀ ਬੱਚੇ ਜੋ ਹੈ ਵੋ ਨਮਾਜ਼ ਪੜ੍ਹਨੇ ਕੇ ਲੀਏ ਔਰ ਕੁਰਾਨ ਪਾਕ ਪੜ੍ਹਨੇ ਕੇ ਲੀਏ ਆ ਰਹੇ ਥੇ ਤੋ ਕਾਰੀ ਸਾਹਿਬ ਨੇ ਬਤਾਇਆ ਕਿ ਯਹਾਂ ਪੇ ਮਾਸ਼ਾਅੱਲਾ ਦੋ ਬੱਚੇ ਤੋ ਜੋ ਹੈ ਵੋ ਕੁਰਾਨ ਪਾਕ ਖਤਮ ਕਰਨੇ ਕੇ ਬਿਲਕੁਲ ਗਰੀਬ ਹੈ ਇੱਕ ਕਾ 22ਵਾਂ ਪਾਰਾ ਹੈ ਔਰ ਇੱਕ ਕਾ 23ਵਾਂ ਪਾਰਾ ਤੋ ਯੇ ਦੇਖੇ 6 ਮਹੀਨੋਂ ਮੇਂ ਮਸਜਿਦ ਵੀ ਮੁਕੰਮਲ ਹੋ ਗਈ ਪੜ੍ਹਨੇ ਕਾ ਇੰਤਜ਼ਾਮ ਵੀ ਹੋ ਗਿਆ ਔਰ ਬੱਚੋਂ ਨੇ ਸਾਥ ਕੁਰਾਨ ਪਾਕ ਵੀ ਖਤਮ ਕਰ ਲਿਆ ਨਮਾਜ਼ੀਓਂ ਕੀ ਤਾਦਾਦ ਮੇਂ ਵੀ ਦਿਨ ਬ ਦਿਨ ਇਜ਼ਾਫਾ ਹੋ ਰਹਾ ਹੈ ਬਹੁਤ ਸ਼ੁਕਰੀਆ ਆਪ ਸਭ ਕਾ ਜਿਨ੍ਹੋਂਨੇ ਇਸ ਮੇਂ ਹਿੱਸਾ ਡਾਲਾ ਖਾਸ ਤੌਰ ਪਰ ਸਖਾਵਤ ਸਾਹਿਬ ਥੈਂਕ ਯੂ ਸੋ ਮਚ ਐਂਡ ਮਿਸਿਸ ਅੱਲਾਹ ਤਾਲਾ ਆਪ ਸਭ ਕੋ ਆਪਣੀ ਕਰਾਮਾਤ ਔਰ ਆਪਣੀ ਰਹਿਮਤੋਂ ਸੇ ਨਵਾਜ਼ੇ ਅੱਲਾਹ ਹਾਫਿਜ਼।